असलम अल्लाह पाक दे करम शुक्र और फजल ना शुरू करते हैं अज्ञा का ब्लाग कि आटो है ना उस स्टार्ट तो करने तो लैके घेर बारे सारी कंप्लीट डिटेल जी है ना दसदा तो आ जाओ चलते हैं स्टार्ट करते हैं पानी नहीं जेक करने वाला तरीका सब तो बेहतरीन है कि यह टैंकी उत्ते ना एक तो खोल के अंदाजा हो है दूजा है ये भी है ऑप्शन लिखे फुल का भी है थले लोह का भी है ਫੋਲਤਾ ਕੋਵੇ ਠੀਕ ਹੈ ਫੋਲ ਤਾਂ ਥੋੜਾ ਜਿਹਾ ਮੂਲੀ ਜੇ ਥੱਲੇ ਵੀ ਹੋਵੇ ਤਾਂ ਵੀ ਕੋਈ ਮਸਲਾ ਇਥੋਂ ਪਾਣੀ ਚੈੱਕ ਕਰੀਦਾ ਹੈ ਇਹ ਇਧਰ ਜਿਹੜਾ ਨੇ ਰੈਡੀਏਟਰ ਦਾ ਢੱਕਣ ਇਹ ਖੋਲਣੇ ਜਿੰਨੀ ਜ਼ਰੂਰਤ ਨਹੀਂ ਪਉਂਦੀ ਇੱਧੇ ਪਾਣੀ ਨਾ ਹੋਵੇ ਮੋੜ ਇਧਰ ਤੁਸੀਂ ਖੋਲ ਕੇ ਵੇਖਣਾ ਹੋਵੇ ਤਾਂ ਉਹ ਵੇਖ ਸਕਦੇ ਹੋ ਇਹ ਰੈਡੀਏਟਰ ਦਾ ਢੱਕਣ ਜੀ ਤੇ ਆਇਲ ਗੇਜ ਐਵੇਂ ਫੋਲ ਹੁੰਦਾ ਇਥੋਂ ਤੱਕ ਐ ਉੱਤ ਲੈਣੁ ਤੱਕ ਇਹਦਾ ਮੂਲੀ ਜੇ ਥੱਲੇ ਇਹਦਾ ਤੇਲ ਹੁੰਦਾ ਰਹਣਿਆ ਚੇਂਜ ਤਕਰੀਬਨ ਕੋ 5-600 ਕਿਲੋਮੀਟਰ ਰੰਦਾ ਚੱਲਣਿਆ ਤੇ ਇਹ ਦਾ ਕੋਈ ਨਹੀਂ ਮਸਲਾ ਇਹਦੇ ਦਰਮਿਆਨ ਚ ਵੀ ਆਵੇ ਨਾ ਤਾਂ ਵੀ ਤੁਹਾਡੀ ਗੱਡੀ ਦਾ ਇੰਜਣ ਠੀਕ ਹੈ ਆਇਲ ਜਿਹੜਾ ਹੈ ਥੋੜਾ ਬੜਾ ਹੁੰਦਾ ਰਹਿੰਦਾ ਹੈ ਜਿਹੜਾ ਗਾਰਡ ਸ਼ਾਟ ਇਸ ਤਰ੍ਹਾਂ ਐਸ ਜਿਹੜਾ ਥੱਲੇ ਆਲ ਨੁਕਤਾ ਨਹੀਂ ਇਹ ਤੋਂ ਤੱਕ ਨਹੀਂ ਹੋਣਾ ਚਾਹੀਦਾ ਐ ਇਹ ਤੋਂ ਤੱਕ ਹੈ ਨਾ ਇਹ ਤੋਂ ਤੱਕ ਵੀ ਹੁੰਦਾ ਹੈ ਮਸਲਾ ਕੋਈ ਇੰਜਣ ਏ ਵਾਨ ਫਿੱਟ ਸਿਰਫ ਇਹ ਬਸ ਥੋੜਾ ਜਿਹਾ ਆਇਲ ਜਿਹੜਾ ਉੱਥੇ ਜਲਦੀ ਚੇਂਜ ਕਰ ਲਓ ਕੋਈ ਮਸਲਾ ਇਹ ਕੋਈ ਨਹੀਂ ਕੰਗੀਆਂ ਗੱਡੀਆਂ ਨਾਲ ਐੜਾ ਨਹੀਂ ਨਵੀਆਂ ਹੀ ਹੁੰਦੀਆਂ ਟੁੱਟ ਜਾਂਦੇ ਬੰਦੇ ਆਂ ਕਰਕੇ ਉੱਤ ਸੱਠ ਦੇ ਨੇ ਇੱਥੋਂ ਆਂ ਦਬਾਉਂਦੇ ਨੇ ਇੱਥੋਂ ਨਹੀਂ ਦਬਾਉਣਾ ਇੱਥੇ ਨਾਲ ਆ ਕੇ ਨਹੀਂ ਤੱਤ ਨਾਲ ਐਂ ਦਬਾਉਣਾ ਕਦੀ ਵੀ ਫੇਰ ਟੁੱਟਦਾ ਨਹੀਂ ਕੱਢਣਗੇ ਆਂ ਜੀ ਤੇ ਐ ਨਹੀਂ ਕਰਕੇ ਇਹ ਇਹ ਉਹਦਾ ਆਪਣਾ ਜੈਨੂਅਲ ਨਹੀਂ ਹੈ ਨਹੀਂ ਟੁੱਟਿਆ ਅੱਗੇ ਐ ਬੋਣਾ ਠੇ ਐਂ ਸੇ ਕਰਨ ਲੱਗਿਆ ਜਿਹੜੀ ਰੇਸ ਹੈ ਉਹ ਦਪੈਰ ਹੀ ਨਹੀਂ ਰੱਖਣਾ ਸਿਰਫ ਸਲਫ ਮਾਰ ਵਾਹ ਐਵੇਂ ਕੇ ਆਰ ਪੀ ਐਮ ਡਾ ਰਹੀ ਉਤਾਏ ਕਾਫੀ ਜਿਸ ਤੇ ਆਸਟਾ ਹੈ ਤਾਂ ਗੱਡੀ ਆਇਲ ਚੁਕਣਾ ਤੇ ਆਪਣੇ ਟੈਂਪਰੇਚਰ ਥੋੜਾ ਨਾਰਮਲ ਹੋਣਾ ਹੈ ਖੁਦ ਬਖੋਦ ਦੇ ਦੇ ਆਰ ਪੀ ਐਮ ਜਿਹੜੇ ਨੇ ਉਹ ਜੈਨੂਨ ਦਾ ਆ ਜਾਣੇ ਇੱਕ ਤੋਂ ਥੋੜਾ ਮਾਮੂਲੀ ਥੱਲੇ ਇੱਕ ਤਾਂ ਆ ਜਾਣੇ ਉਸ ਟਾਈਮ ਗੱਡੀ ਜਿਹੜੀ ਹੈ ਉਹ ਗੇਅਰ ਲਾਉਣਾ ਚਾਹੀਦਾ ਹੈ ਟੋਰ ਨਹੀਂ ਚਾਹੀਦੀ ਬਾਕੀ ਇਹ ਹੈ ਗੇਅਰ ਦਾ ਵੀ ਦੁਆਰ ਨਾ ਮੁਕੰਮਲ ਆਟੋ ਗੱਡੀ ਹੈ ਤੇ ਗੇਅਰ ਦੇ ਫੋਲ ਜਿਹੜੇ ਇਨਫਾਰਮੇਸ਼ਨ ਉਹ ਦੰਨਿਆ ਅੱਛਾ ਹੁਣ ਤੁਸੀਂ ਗੱਡੀ ਕਰਨੀ ਹੈ ਇੱਕ ਪਾਰਕਿੰਗ ਪਾਰਕਿੰਗ ਕਰਨੇ ਤੋਂ ਪਹਿਲਾਂ ਸਭ ਤੋਂ ਪਹਿਲਾਂ ਤੁਸੀਂ ਜਿਹੜਾ ਨਹੀਂ ਅੱਗੇ ਜਿਹੜਾ ਇਹ ਤੁਹਾਡਾ ਇਹ ਨਾ ਇੱਥੇ ਤੁਸੀਂ ਆ ਡੀ ਤੇ ਰੱਖਦੇ ਹੋ 3 ਦੇ ਡਰਾਈਵ ਤੇ ਰੱਖਦੇ ਹੋ ਇਹ ਜੇ ਵਪਾਰ ਕਰਨੀ ਹੈ ਨਾ ਗੱਡੀ ਉਸ ਸਭ ਤੋਂ ਪਹਿਲਾਂ ਤੁਸੀਂ ਹੈਂਡ ਬ੍ਰੇਕ ਚੱਕਣੀ ਹੈ ਹੈਂਡ ਬ੍ਰੇਕ ਚੱਕ ਕੇ ਉਸ ਤੋਂ ਬਾਅਦ ਪਾਰਕਿੰਗ ਚਲਾਉਣੀ ਹੈ ਗੱਡੀ ਕਿਉਂ ਉਹਦੀ ਵਜ੍ਹਾ ਇਹ ਜੇ ਤੁਸੀਂ ਹੈਂਡ ਬ੍ਰੇਕ ਨਹੀਂ ਨਾ ਛਿੱਕੀ ਹੋਣੀ ਤੇ ਪਾਰਕਿੰਗ ਜਦ ਗੱਡੀ ਲਾਉਣੀ ਥੋੜੀ ਜਿਹੀ ਗੱਡੀ ਅੱਗੇ ਪਿੱਛੇ ਰੁੜੇ ਨਾ ਤੇ ਗੇਅਰ ਉਤੇ ਨਾ ਲੋਡ ਪੁੰਦਾ ਹੈਂਡ ਬ੍ਰੇਕ ਪਾਵੇ ਸੋ ਛਕ ਲੈਣੀ ਹੈ ਕਿ ਗੱਡੀ ਦੇ ਗੇਅਰ ਤੇ ਲੋਡ ਨਾ ਪਵੇ ਆਟੋ ਗੇਅਰ ਇਹਦੇ ਤੇ ਲੋਡ ਪੈ ਜਾਂਦਾ ਹੈ ਹੈਂਡ ਬ੍ਰੇਕ ਨਾਲ ਛਕੀਏ ਤੇ ਤੇ ਬਾਕੀ ਡਰਾਈਵ ਕਰਦੇ ਆ ਰਸਤੇ ਵਿੱਚ ਕੋਈ ਟ੍ਰੈਫਿਕ ਜਮ ਹੋ ਜਾਂਦੀ ਏ ਇੱਕ ਮਸਲਾ ਮਸਾਇਲ ਬਣ ਜਾਂਦਾ ਹੈ ਜ਼ਿਆਦਾ देर ਰੁਕਣਾ ਪੁੰਦਾ ਹੈ ਜਾਂ ਆਸ-ਤੈਸਾ ਥੋੜਾ ਥੋੜਾ ਕਰਕੇ ਚੱਲਣਾ ਪੁੰਦਾ ਤੇ ਫਿਰ ਤੁਸੀਂ ਮਹਿਸੂਸ ਕਰੋ ਬਾਸੀ ਜ਼ਿਆਦਾ देर ਰੁਕਣਾ ਹੈ ਜਾਂ ਗੱਡੀ ਸਟਾਰਟ ਹੀ ਰੱਖਣੀ ਹੈ ਉਸ ਟਾਈਮ ਇੱਥੇ ਡਰਾਈਵ ਤੇ ਹੈ ਨਾ ਗੱਡੀ ਤੇ ਲੋਡ ਪੰਦਾ ਹੈ ਆਰ ਪੀ ਐਮ ਡਾਊਨ ਕਰਦੀਏ ਗੱਡੀ ਤੇ ਲੋਡ ਪੰਦਾ ਹੈ ਦਾਨੀ ਪਤਾ ਹੀ ਹੋਣਾ ਜੇ ਫਿਰ ਥੋੜਾ ਥੋੜੇ ਦੇ ਰੁਕਣਾ ਹੈ ਨਾ ਉਸੇ ਐ ਨਿਊਟਰਲ ਕਰ ਹੁਣ ਗੱਡੀ ਬਿਲਕੁਲ ਆਜ਼ਾਦ ਹੋ ਗਈ ਆਰ ਪੀ ਐਮ ਜਿਹੜਾ ਨਾ ਆਪੋ ਕਰ ਬਿਲਕੁਲ ਫਰੈਸ਼ ਚੱਲ ਰਹੀ ਹੈ ਤੇ ਇਹ ਇੱਥੇ ਰੱਖਿਆ ਨਾ ਗੱਡੀ ਤੇ ਹੁਣ ਮੈਂ ਬ੍ਰੇਕ ਲਾਈ ਹੈ ਤੇ ਪੰਪ ਜਿਹੜਾ ਉਹ ਬੰਦ ਹੈ ਆਇਲ ਪੰਪ ਜਿਹੜਾ ਹੈ ਉਹ ਬੰਦ ਹੈ ਵਰਕਿੰਗ ਨਹੀਂ ਕਰ ਰਿਹਾ ਕਿਉਂਕਿ ਉਹ ਗਰਾਰੀਆਂ ਨੋ ਤੇ ਜਿਹੜੀਆਂ ਨਾ ਉਹ ਚਲਨੀ ਆਉਂਦੀਆਂ ਨੇ ਤੇ ਜੇ ਫਿਰ ਪੈਰ ਚਾਉਣਾ ਉਸ ਟਾਈਮ ਆਜਪਾ ਮ ਵਰਕਿੰਗ ਕਰਨਾ ਹੈ ਉਹਦੇ ਹਿਸਾਬ ਨਾਲ ਜਿੰਨਾ ਵਰਕਿੰਗ ਕਰੇ ਉਸ ਤੇ ਹਿਸਾਬ ਨਾਲ ਆਏ ਗੇਅਰ ਜਿਹੜਾ ਉਹ ਚੇਂਜ ਹੁੰਦਾ ਹੈ ਇਹ ਇੱਥੇ ਇੱਥੇ ਲੋਕੀ ਵਰਕਿੰਗ ਕੋਈ ਕਰ ਰਿਹਾ ਗੱਡੀ ਬਿਲਕੁਲ ਜਿਹੜੀ ਨਹੀਂ ਉਹ ਆਰਾਮ ਦਾ ਸਕੂਨ ਨਾਲ ਡੈਰੀ ਮੈਨੇਜ ਹੋ ਰਹੀ ਹੈ ਸਟਾਰਟਿੰਗ ਵੇ ਕੋਈ ਲੋਡ ਛੋਟ ਨਹੀਂ ਲੈ ਰਹੀ ਇੱਥੇ ਤੋਂ ਸ਼ਰਾਸ਼ ਬਣਾਣਾ ਐ ਐਂਡ ਕਰ ਚੜਨਾ ਨਿਊਟਰਲ ਤੇ ਜੇ ਫਿਰ ਟੋਰਨੀ ਹੈ ਉਸ ਟਾਈਮ ਡੀ ਤੇ ਕਰ ਲਿਆ ਥੋੜਾ ਜਿਹਾ ਅਗਾ ਭੋਕੇ ਤੇ ਫਿਰ ਜਿਹੜਾ ਨਹੀਂ ਤੁਸੀਂ ਐਂਧ ਕਰ ਸਕਦੇ ਜਿਹੜੇ ਰੁਕੜੀ ਐ ਤੇ ਅਗਰ ਜ਼ਿਆਦਾ ਮਾਮੂਲੀ ਮੂਲੀ ਅਗਰ ਗੱਡੀ ਰਨਿੰਗ ਹੋ ਰਹੀ ਹੈ ਥੋੜੀ ਥੋੜੀ ਚੱਲ ਰਹੀ ਹੈ ਰੁਕ ਨਹੀਂ ਰਹੀ ਫਿਰ ਕੋਈ ਨਹੀਂ ਮਸਲਾ ਤੁਸੀਂ ਇੱਥੇ ਡੀਟੀ ਰੱਖ ਸਕਦੇ ਹੋ ਤੇ ਬਾਕੀ ਅਗਰ ਗੱਡੀ ਤੁਹਾਡੀ ਦੀ ਬੈਟਰੀ ਖਤਮ ਹੋ ਜਾਂਦੀ ਹੈ ਤੇ ਰਸਤੇ ਵਿੱਚ ਗੇਰ ਜਿਹੜਾ ਉਹ ਤੁਹਾਡਾ ਮੈਂ ਗੱਡੀ ਬੰਦ ਕਰ ਛੱਡੀ ਐ ਬ੍ਰੇਕ ਤੋਂ ਪੈਰ ਮੈਂ ਚਾ ਲਿਆ ਤੇ ਬ੍ਰੇਕ ਤੋਂ ਪੈਰ ਚਾਇਆ ਵੀ ਨਾ ਇਹ ਗੇਰ ਜਿਹੜਾ ਨਹੀਂ ये नहीं इधर लगना ब्रेक दबाया सारा कुछ कित्या इधर नहीं लगना अगर ना लगे बैटरी खत्म हो जाए नहीं लगता ऐ चाबी है इस प्रेस करना गेयर अच्छे ला लेना जित मर्जी कर लेना हाँ टोच ऐन करनी ना अगर हो अगर खराब हो जाती है टोर्च एन करनी है तीन आटो ग बड़ी मुश्किल आती है अगर तो गेयर थोड़ा मसला जरा नहीं, नहीं ना खराब बाकी होर खराब स्टार्ट हो सकती गिर तक नहीं मसला तुम्हें एन करके ਤੇ ਲਿਜਾ ਸਕਦੇ ਹੋ ਸਪੀਡ ਜਿਹੜੀ ਵੀ ਰੱਖ ਕੇ ਆਪਣੀ ਮਰਜ਼ੀ ਦੇ ਮੁਤਾਬਕ ਜੇ ਅਗਰ ਤੁਹਾਡੀ ਗੱਡੀ ਨੂੰ ਕੋਈ ਹੋਰ ਮਸਲਾ ਹੈ ਨਾ ਸਟਾਰਟ ਤੁਸੀਂ ਨਾ ਕਰ ਸਕਦੇ ਉਸ ਵੇਲੇ ਤੁਸੀਂ ਇਹ ਦੋ ਇਹ ਚਾਬੀ ਤਬਾਹ ਕੇ ਐਂਡ ਕਰ ਲੈਣਾ ਹੈ ਗੇਅਰ ਐਂਡ ਕਰਕੇ ਟੋਚਨ ਕਰਨਾ ਹੈ ਕਿਉਂਕਿ ਉਹ ਗੱਡੀ ਸਟਾਰਟ ਨਹੀਂ ਹੁੰਦੀ ਆਇਲ ਜਿਹੜਾ ਉਹ ਗੇਅਰ ਚ ਨਹੀਂ ਆ ਰਿਹਾ ਹੁੰਦਾ ਕਿਉਂ ਕਿ ਗਰੜੀਆਂ ਜਿਹੜੀਆਂ ਨਾ ਖੁਸ਼ਕ ਹੁੰਦੀਆਂ ਨੇ ਉਹ ਟੁੱਟ ਨਾ ਜਾਣ ਇਸ ਤੋਂ ਵਜ੍ਹਾ ਤੋਂ ਨਾ ਸਪੀਡ ਜਿਹੜੀ ਹੈ ਉਤਰੀ ਉੱਤੇ ਨਹੀਂ ਲੈ ਜਾਣੀ ਚਾਹੀਦੀ 3 ਕਿਲੋਮੀਟਰ ਪ੍ਰ ਘੰਟਾ ਤੇ ਮੈਕਸਿਮਮ ਜਿਹੜਾ ਨਹੀਂ ਮੈਕਸਿਮਮ 40 ਤੋਂ 45 ਅਖੀਰ 50 ਕਿਲੋਮੀਟਰ ਜਿਹੜਾ ਉਸ ਤੋਂ ਉੱਤੇ ਨਹੀਂ ਜਾਣੀ ਚਾਹੀਦੀ ਗੇਅਰ ਜਿਹੜਾ ਹੈ ਨਾ ਉਹਦੇ ਮਸਲਾ ਮਸਾਇਲ ਜਿਹੜਾ ਬਣ ਸਕਦਾ ਹੈ ਅਗਰ ਇਸ ਤਰੀਕੇ ਨਾਲ ਤੁਸੀਂ ਅਮਲ ਕਰਦੇ ਹੋ ਨਾ ਤੇ ਇਹਦਾ ਬਾਕੀ ਤੁਹਾਨੂੰ ਪਤਾ ਹੋਣਾ ਹੈ ਇਹਦਾ ਡਰਾਈਵ 3 ਦਾ 2 ਦਾ ਐਲ ਦਾ ਲੋਡਰ ਦਾ ਇਹਦਾ ਤੁਹਾਨੂੰ ਪਤਾ ਹੀ ਹੋਣਾ ਹੈ ਬਾਕੀ ਇਹ ਜਿੰਨੀਆਂ ਚੀਜ਼ਾਂ ਨੇ ਦੱਸਦਾ ਕੋਈ ਨਹੀਂ ਤੇ ਜੇ ਇਸ ਤਰੀਕੇ ਨਾਲ ਅਮਲ ਕੀਤਾ ਜਾਵੇ ਤੇ ਜਿਹੜਾ ਹੈ ਗੇਅਰ ਆ ਟੋਏ ਖਰਾਬ ਹੁੰਦੇ ਨਹੀਂ ਬਾਕੀ ਆਇਲ 50000 ਬਾਅਦ ਕਿਲੋਮੀਟਰ ਬਾਅਦ ਚੇਂਜ ਕਰਨਾ ਚਾਹੀਦਾ ਹੈ ਸਹੀ ਅਚੀ ਕੰਪਨੀ ਦਾ ਸਹੀ ਅਚੀ ਕੰਪਨੀ ਵਾਲਿਆਂ ਕੋਲ ਬਾਕੀ ਆ ਕੋ ਬੱਚੇ ਸੱਚੇ ਵੀ ਨਾ ਬੈਠੇ ਨੇ ਨਾ ਆਪਣਾ ਵੀ ਜੇ ਮੈਨੂਅਲ ਗੱਡੀ ਲੈ ਆ ਵੇ ਬੰਦਾ ਤੇ ਉਹ ਗੇਅਰ ਅੱਗੇ ਪਿੱਛੇ ਜਿਹੜਾ ਨਹੀਂ ਉਹ ਉਹ ਕਰ ਸਕੀਦਾ ਉਹਦਾ ਅਗਰ ਤੁਸੀਂ ਇੱਥੇ ਡੀ ਤੇ ਡਰਾਈਵ ਕਰ ਰਹੇ ਹੋ ਨਾ ਤੁਹਾਡੀ ਸਪੀਡ 60 ਹੈ 80 ਹੈ ਤੇ ਤੁਹਾਡਾ ਹੱਥ ਲੱਗ ਗਿਆ ਗੇਅਰ ਜਿਹੜਾ ਨਹੀਂ ਉਹ ਨਿਊਟਰਲ ਜਾਂ ਆਰ ਤੇ ਟੁਰ ਗਿਆ ਰਿਵਰਸ ਤੇ ਤੇ ਉਹਦਾ ਮਸਲਾ ਕੋਈ ਨਹੀਂ ਤੇ ਦਰਨਾ ਮੀਟਰ ਉੱਤੇ ਵਾਰਨਿੰਗ ਆ ਜਾਵੇ ਦੀ ਆਰ ਲਿਖੀ ਜਾਵੇ ਦਾ ਜਾਂ ਜਿਸ ਤੇ ਗੇਅਰ ਟੁੱਟ ਗਿਆ ਹੋਵੇ ਲਿਖੀ ਜਾਵੇ ਦਾ ਉਹਦਾ ਕੋਈ ਮਸਲਾ ਵਾਰਨਿੰਗ ਆ ਜਾਵੇ ਦੀ ਤੁਹਾਨੂੰ ਪਤਾ ਲੱਗ ਜਾਵੇ ਦਾ ਤੁਸੀਂ ਆਰਾਮ ਨਾਲ ਮੈਨੇਜ ਕਰ ਸਕਦੇ ਗੱਡੀ ਤੁਹਾਡੀ ਨੂੰ ਕੁਝ ਨਹੀਂ ਹੋਵੇ ਦਾ ਉਹ ਮੀਟਰ ਮੀਟਰ ਤੇ ਦਿਖਾਵਾ ਹੋ ਜਾਵੇ ਦਾ ਤੁਹਾਨੂੰ ਫੌਰਨ ਪਤਾ ਲੱਗ ਜਾਵੇ ਦਾ ਤੁਸੀਂ ਉਸ ਹਿਸਾਬ ਨਾਲ ਆਪਣਾ ਠੀਕ ਕਰ ਲਵੋਗੇ ਸਾਰੇ ਵੀਡੀਓ ਲਾਈਕ ਕਰੋ ਸ਼ੇਅਰ ਕਰੋ ਤੇ ਚੈਨਲ ਨੂੰ ਲਾਜ਼ਮੀ ਸਬਸਕ੍ਰਾਈਬ ਕਰੋ ਤੇ ਮਿਲਦੇ ਆਂ ਨੈਕਸਟ ਵੀਡੀਓ ਵਿੱਚ ਅੱਲਾ ਹਫਿਜ਼